ஆனா பாகிஸ்தானி முஸ்லிம் கூட என்னைக்கும் ஜூன் கேடியதே போச்சு. ਉਹਨਾਂ ਦੀ ਪੁੱਦੀਆਂ ਚੱਲਣ ਪੌਦੇ ਨੇ ਟਿਕਾ ਟਿਕਾ ਕੇ ਸਾਡੀ ਭੈਣਾਂ ਦੇ ਪੁੱਦੀਆਂ ਚੱਲਣ ਦਿੰਦੇ ਨੇ ਟਿਕਾ ਕੇ ਪੂਰੇ ਐਨਾ ਜੋਰ ਲਾ ਲਾ ਕੇ ਤੇ ਸਾਡੀ ਭੈਣ ਦੀ ਲੈਂਦੇ ਦਿੰਦੇ ਪੂਰੀ. ਜਦੋਂ ਪਾਕਿਸਤਾਨੀ ਭਰਾਵਾਂ ਨੂੰ ਆਪਣੀ ਭੈਣ ਦੇ ਪੁੱਤ ਦਾ ਮੁਆਵਜ਼ਾ ਨਹੀਂ ਮਿਲਦਾ ਤਾਂ ਉਹ ਬੱਟੇ ਮਾਰਦੇ ਆ, ਤਾਂ ਉਧਰੋਂ ਇੰਡੀਆ ਦੇ ਪੈਸੇ ਦੇਣ ਦੀ ਬਜਾਏ ਹੋਰ ਭੈਣ ਚੋਂ ਸਾਡੇ ਮੁਸਲਮਾਨ ਭਰਾਵਾਂ ਦੀ ਬੁਣ ਦੇ ਵਿੱਚ ਟਕਾ ਟਕਾ ਕੇ ਗੋਲੀਆਂ ਕੱਢਦੇ ਆ, AK-47 ਚਲਾਉਂਦੇ ਆ, ਏਦਾਂ ਚੋਦ ਆ ਮਾਂ ਭੈਣ ਚੋਂ ਪਾਕਿਸਤਾਨ ਦੀ ਟਕਾ ਟਕਾ ਕੇ ਆਹ ਦੇਖ ਲਾ ਤੂੰ ਭੈਣ ਚੋਂ ਦੇ ਇੱਕ ਸਾਡੀ ਭੈਣਾਂ ਦੀ ਫੁੱਦੀ ਮਾਰ ਗਏ. ਹੁਣ ਉਹਨਾਂ ਦੇ ਭਰਾਵਾਂ ਦੀ ਫੁੱਦੀਆਂ ਦੇ ਵਿੱਚ ਗੰਡਾਂ ਚ ਭੈਣ ਦੇ ਲੋੜੇ ਗੋਲੇ ਛੱਡਣ ਲੱਗੇ ਹੋਏ ਆ. ਇਹ ਤਾਂ ਕੰਮ ਕਰਦਾ ਇੰਡੀਆ, ਸੈਪਰੇਸਟ ਵਾਲੇ ਕੰਮ ਕਰਦਾ ਪੂਰਾ ਇੰਡੀਆ ਭੈਣ ਚੋਂ ਦਾ. ਕਸ਼ਮੀਰ ਚ ਤਾਂ ਗੁੰਡਾਗਰਦੀ ਕਰਦੀ ਇੰਡੀਆ ਦੀ ਆਰਮੀ CRP ਵਾਲੇ. ਉਧਰੋਂ ਤੇ ਜਦੋਂ ਪਾਕਿਸਤਾਨੀ ਮੁਸਲਮਾਨ ਭੈਣਾਂ ਲੰਨ ਮੰਗਦੀਆਂ ਨੇ, ਹਿੰਦੂਆਂ ਦੇ ਲੰਨ ਮੰਗਦੀਆਂ ਨੇ, ਤਾਂ ਉਹਨਾਂ ਨੂੰ ਇੰਡੀਆ ਦੀਆਂ ਜਨਾਨੀਆਂ ਉਹਨਾਂ ਦੀ ਬੁਣ ਚ ਗੋਲੀ ਕੱਢਦੀਆਂ ਨੇ. ਉਹ ਪਾਕਿਸਤਾਨੀ ਮੁਸਲਮਾਨ ਕੁੜੀਆਂ ਕਹਿੰਦੀ ਇੰਡੀਆ ਦੇ ਲੰਨ ਦਿਓ ਤੇ ਹਿੰਦੁਸਤਾਨੀ ਜਨਾਨੀਆਂ ਇਹਨਾਂ ਦੀ ਬੁਣ ਚ ਗੋਲੀਆਂ ਕੱਢ ਦਿੰਦੀਆਂ ਨੇ. ਨਮਾਜ਼ ਕਰਦੇ ਹੋਏ ਜਦੋਂ ਪ੍ਰਾਰਥ ਕਰਕੇ ਪਾਕਿਸਤਾਨੀ ਮੁੱਲੇ ਲੰਨ ਮੰਗਦੇ ਨੇ, ਕਦੇ ਕਿਤੇ ਜਾਂਦੇ ਨੇ, ਕਦੇ ਕਿਤੇ ਮਾਚ ਦੌਣ ਜਾਂਦੇ ਨੇ, ਕਦੇ ਮਜ਼ਾਰੇ ਸ਼ਰੀਫ ਬਾਰੇ ਸ਼ਰੀਫ ਭੈਣ ਚੋ ਅੱਗ ਲਾ ਲਾ ਕੇ ਆਪਣੀ ਗੁੰਡਾਂ ਨੂੰ ਆਪਣੀ ਇੱਜ਼ਤਾਂ ਨੂੰ ਭੈਣ ਚੋ ਪੂਰਾ ਕਰਦੇ ਨੇ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਹਿੰਦੁਸਤਾਨੀ ਡੱਲ ਮਿਲ ਜਾਣ. ਚੁੱਕ ਚੁੱਕ ਕੇ ਵੀ ਮਾਚ ਲਾਉਂਦੇ ਨੇ ਆਪਣੇ ਪੂਰੇ ਮੁੱਲਿਆਂ ਦੇ ਚੌਂਕ ਦੇ ਰੁੱਲੇ. ਨਮਾਜ਼ ਕਰਦੇ ਹੋਏ ਵੀਡੀਓ ਨੂੰ ਇਹੀ ਕਹਿੰਦੇ ਵੀ ਸਾਨੂੰ ਪਾਕਿਸਤਾਨੀ ਪੁੱਦੀਆਂ ਨੂੰ ਸਾਡੀਆਂ ਨੂੰ ਭੈਣਾਂ ਨੂੰ ਇੰਡੀਆ ਦੇ ਲੰਨ ਦਵਾ, ਏਦਾਂ ਜਿੱਦਾਂ ਲੱਕੜ ਜੀ ਗਈ ਏਦਾਂ ਸਾਡੀ ਭੈਣਾਂ ਦਾ ਪੁੱਦਾ ਪੜਵਾ. ਦੇਖ ਲਾ ਪਾਕਿਸਤਾਨੀ ਮੁੱਲੇ ਤਾਂ ਹਮੇਸ਼ਾ ਹਿੰਦੁਸਤਾਨ ਦੇ ਵਿੱਚ ਆਦੇ ਭੈਣ ਚੋਦ ਜਾਂਦੇ ਨੇ. ਪਾਕਿਸਤਾਨੀ ਨਿਆਣੇ ਤੱਕ ਨੂੰ ਇੰਡੀਆ ਦੇ ਲੰਨ ਦੇ ਨਾ ਚਾਹ ਹੁੰਦਾ. ਦੇਖ ਲੈ ਇੱਥੇ ਇਕੱਠੇ ਹੋ ਕੇ ਮਾਂ ਚਲਾਉਂਦੇ ਨੇ ਭੈਣ ਦੇ ਲੋੜੇ. ਫਿਰ ਤੂੰ ਕਹਿੰਦੀ ਹੱਲਾ ਗੁੱਲਾ ਏਦਾਂ ਕਿੱਦਾਂ ਹੁੰਦਾ, ਏਦਾਂ ਹੀ ਹੁੰਦਾ ਹੱਲਾ ਗੁੱਲਾ. ਏਦਾਂ ਹੀ ਤਾਂ ਪਾਕਿਸਤਾਨ ਦੀ ਗਾਂਢ ਚ ਲੁੱਲਾ ਵੜਦਾ. ਭੈਣ ਦੀ ਲੰਨ ਵੜਦੀ ਰਹਿੰਦੀ ਹੈ 24 ਘੰਟੇ ਮੁੱਲਿਆਂ ਦੀ. ਸਾਡੀ ਭੈਣਾਂ ਦੇ ਪੁੱਦੇ ਨਾ ਹੋ ਗਏ ਆਹ ਦੇਖ ਸਾਲੇ, ਈਦ ਤਾਂ ਐਂ ਕਰਦੇ ਜਿਵੇਂ ਆਪਣੀ ਭੈਣਾਂ ਦੀ ਫੁੱਦੀ ਚ ਇਹਨਾਂ ਨੇ ਬਕਰੀਦ ਮਨਾਲੀ ਹੁੰਦੀ ਆ. ਪਾਕਿਸਤਾਨੀ ਮੁੱਲੇ ਤਾਂ ਲੁੱਲੇ ਚੌਂਕ ਤੇ ਰਹੇ ਸਾਰੀ ਉਮਰ ਭੈਣ ਚੋਦ ਦੇ. ਭੈਣ ਦੇ ਲੋੜੇ ਪਤਾ ਨਹੀਂ ਕਿਹੜੇ ਕਿਹੜੇ ਨਵੇਂ ਨਵੇਂ ਸਟਾਈਲ ਵਰਤਦੇ. ਇੰਡੀਆ ਵਾਲੇ ਤਾਂ ਬਹੁਤ ਭੈਣ ਚੋਦੇ ਆ ਪਾਕਿਸਤਾਨ ਦੀ. ਜਿੰਨੀ ਭੈਣ ਇੰਡੀਆ ਵਾਲੇ ਪਾਕਿਸਤਾਨ ਦੀ ਚੋਦੇ ਆ ਨਾ, ਉਨੀ ਤਾਂ ਭੈਣ ਦੀ ਨਾਲ ਨਵੀਂ ਜਗਾਨ ਨਹੀਂ ਫੜਦੀ. ਤੈਨੂੰ ਮੈਂ ਸਹੀ ਦੱਸਾਂ ਜੀ, ਇਹ ਪਾਕਿਸਤਾਨੀ ਮੁੱਲੇ ਸਾਲੇ 24 ਘੰਟੇ ਚੜੇ ਚੁੰਘਦੇ ਨੇ ਲੁੱਲੇ. ਇਹਨਾਂ ਨੇ ਕਦ ਤੱਕ ਆਪਣੀ ਮਾਵਾਂ ਤੇ ਖੁਦ ਦੀ ਪੜਵਾਉਣੇ ਆ? ਦੇਖ ਲਾ ਸਾਲੇ ਨਮਾਜ਼ ਕਰ ਕਰਕੇ ਉਹ ਪ੍ਰਾਰਥ ਕਰ ਕਰਕੇ ਵੀ ਕਹਿਣਗੇ ਇੰਡੀਆ ਲੰਨ ਦੇ. ਉਹ ਮੈਂ ਕਿਹਾ ਕਸ਼ਮੀਰ ਦੇ ਵਿੱਚ ਤੁਹਾਡੀ ਭੈਣਾਂ ਦੇ ਫੁੱਦਿਆਂ ਦੇ ਵਿੱਚ ਆਲਰੇਡੀ ਹੀ ਇੰਡੀਅਨ ਆਰਮੀ ਦੇ ਨਾਲ ਜਾ ਕਿਹਾ, ਹੁਣ ਤੁਸੀਂ ਹੋਰ ਲੰਨ ਕਾਹਤੇ ਮੰਗਦੇ ਹੋ? ਤਾਂ ਮੈਨੂੰ ਕਹਿੰਦੇ ਤੂੰ ਸੜਦਾ ਸਾਲੇ ਆਪਣੀ ਭੈਣ ਦਾ ਫੁੱਦਾ, ਕਹਿੰਦੇ ਤੂੰ ਇੰਡੀਆ ਜਾ ਜਾ ਪੜਵਾਉਣਾ. ਮੈਂ ਕਿਹਾ ਮੇਰੀ ਭੈਣ ਦੇ ਫੁੱਦੇ ਦਾ ਤਾਂ ਸਮਝੌਤਾ ਕਰਾਇਆ ਸੀ ਜਰਦਾਰੀ ਨੇ, ਵਾਜਪੇਈ ਨਾਲ, ਮੈਂ ਤਾਂ ਪੜਵਾਉਣਾ. ਦੇਖ ਲਾ ਬਿਨਾਂ ਲਾਇਸੈਂਸ ਤੋਂ ਵੀ ਪਾਕਿਸਤਾਨੀ ਮੁੱਲੇ ਇੰਡੀਆ ਚ ਜਾ ਜਾ ਕੇ ਆਪਣੀ ਭੈਣ